ਉਹ ਪਪਿਟਿਸ ਦੇ ਵਿੱਚ 마ਸੀ मुसीबत ਤੇ ਪਈ ਸੀ اچھا جی 마ਸੀ मुसीबत ਤੇ ਆ ਬਾਬਰ ਨੇ ਆਇਆ ਸਭ ਪਹਿਲੇ ਕਰ ਰਹੀ ਸੀ ਆਪਣੀ ਮਸਰੂਫੀਆਂ ਦੀ ਬਨਲ ਕੋ ਕੁਝ ਟਾਈਮ ਨਹੀਂ ਦੇ ਪਾਰੇ ਸੀ ਮੈਂ 마ਸੀ मुसीबत ਦੀ ਵਾਸ ਕਰ ਲਈ ਉਹ ਫਾਕ ਸਾਹਿਬ ਆਪਣੀ ਚੇਅਰ ਤੇ ਕੰਮ ਕਰਦੇ ਕਹਿੰਦੇ ਟਨ ਹੋਏ ਨੇ ਕਹਿੰਦੇ ਇਹ ਆਵਾਜ਼ ਕਿਸ ਨੇ ਕ निकाली ਮੈਂ ਕਿਹਾ ਸਰ ਮੈਂ ਡਰ ਗਿਆ ਮੈਂ ਕਿਛਦਾ ਗਲਤ ਹੋ ਗਿਆ ਮੈਂ ਕਹਿੰਦਾ ਸੋ ਮੈਂ ਕਹਿੰਦਾ ਸਰ ਮੈਂ ਨੇ ਉਸ ਕੋ ਕਹਿੰਦੇ ਦੁਬਾਰਾ نکਾਲੋ ਤੇ ਮੈਂ ਦੁਬਾਰਾ ਆਵਾਜ਼ ਕਢੀ ਉਹਨੇ ਕਹ ਲੋ ਜੀ 마ਸੀ ਦੁਬਾਰਾ ਜ਼ਿੰਦਾ ਹੋ ਗਈ 마ਸੀ ਜ਼ਿੰਦਾ ਅੱਛਾ ਨਾਲ ਹੀ ਮੈਨੂੰ ਰੋਲਾ ਨਜ਼ਰ ਆਇਆ ਅੱਛਾ ਰੋਲਾ ਵੇਖਿਆ ਤੇ ਰੋਲੇ ਦੀ ਆਵਾਜ਼ ਵੀ ਕੱਢ ਲਈ ਹੂੰ ਰੋਲਾ ਵੀ ਇੱਕਦਮ ਦੁਬਾਰਾ ਫਿਰ ਫਿਰ ਉਸ ਬਾਅਦ ਚੱਲ ਸੋ ਚੱਲ ਫਾਰੂਕ ਸਾਹਿਬ ਨਾਲ ਮੈਂ ਬੜਾ ਲੰਬਾ ਸਾਲ ਉਹਨਾਂ ਦੀ ਜ਼ਿੰਦਗੀ ਚ گزارਿਆ ਅੱਛਾ ਕਿੰਨੇ ਕਰਦਾਰ ਤੁਸੀਂ ਪਰਫਾਰਮ ਕੀਤੇ ਮਾਸੀ ਮੁਸੀਬ ਤੇ ਰੋਲਾ ਵਾਇਸਿਸ ਬਹੁਤ ਜ਼ਿਆਦਾ ਕੱਢੀਆਂ ਨੇ ਵਾਇਸਿਸ ਜ਼ਿਆਦਾ ਕੱਢੀਆਂ ਜੀ ਬਹੁਤ سارے ਕੈਰੈਕਟਰ ਜਿਸ ਤਰ੍ਹਾਂ ਇੱਕ ਕੈਰੈਕਟਰ ਸੀ ਸਾਡਾ ਮਾਮਾ ਜ਼ਰੇ ਘੋਰ ਅੱਛਾ ਹਾਂ ਬਿਲਕੁਲ ਐਸੇ ਉਹਦਾ ਬਾਅਦ ਇੱਕ ਨਵਾਂ ਵਰਜ਼ਨ ਅਸੀਂ ਕਢਿਆ ਸੀ ਹੂੰ ਹੂੰ ਤੋਤਾ ਅੱਛਾ ਤੋਤਾ ਠੀਕ ਈ ਉਹ ਕੈਰੈਕਟਰ ਫਿਰ ਮੈਂ ਕੀਤਾ ਫਿਰ ਉਸ ਬਾਅਦ ਇੱਕ ਲੇਡੀ ਹੈਗੀ ਸੀ ਕੈਰੈਕਟਰ ਉਹਦਾ ਵਾਇਸ ਮੈਂ 8-9 ਵਾਇਸਸ ਵਿੱਚ ਕਢੀਆਂ ਨੇ ਵਾਇਸਸ ਕਰੀ 6 6 ਅੱਛਾ ਕਿੰਨੇ ਚੈਨਲਸ ਦੇ ਉੱਤੇ ਤੁਸੀਂ ਕੰਮ ਕਰ ਚੁੱਕੇ ਹੋ ਹੁਣ ਤੱਕ ਪੀਟੀਵੀ ਤੋਂ ਲਾਵਾ ਪ੍ਰਾਈਵੇਟ ਬਹੁਤ ਘੱਟ ਕੰਮ ਕੀਤਾ ਪ੍ਰਾਈਵੇਟ ਘੱਟ ਕੰਮ ਕੀਤਾ ਜੀ ਪ੍ਰਾਈਵੇਟ ਬਹੁਤ ਘੱਟ ਕੰਮ ਕੀਤਾ ਜਿੰਨਾ ਕੰਮ ਕੀਤਾ ਪੀਟੀਵੀ ਦੇ ਨਾਲ ਹੀ ਕੀਤਾ ਅੱਛਾ ਉਹਦੀ ਖਾਸ وجہ ਜੀ ਖਾਲਸ ਸਾਹਿਬ ਕਿਉਂਕਿ ਅਸੀਂ